ਕਿਹਦੇ ਹੱਕ ਦੇ ਵਿੱਚ ਲੋਕਾਂ ਵੱਲੋਂ ਆਪਣਾ ਜਿਹੜਾ ਭਰੋਸਾ ਜਤਾਇਆ ਜਾਏਗਾ ਉਹਦਾ ਖੁਲਾਸਾ ਹੋਏਗਾ। ਐਸੇ ਉਹ ਪਿੰਡਾਂ ਪਿੰਡਾਂ 'ਚ ਜਾ ਕੇ ਅਤੇ ਜਿਹੜਾ ਵਰਕਰ ਦੀ ਹੌਸਲਾ ਅਫਜ਼ਾਈ ਕਰ ਰਹੇ ਸਾਡੇ ਨਾਲ ਮੈਨੇਜਰ ਪ੍ਰੈਸ ਆ। ਮੈਂ ਸਰ ਕੀ ਕਹਿਣਾ ਚਾਹੁੰਦਾ ਕਿ ਥੋੜ੍ਹੀ ਮਿਹਨਤ ਕੀਤੀ ਹੈ, ਪਿਛਲਾ ਇੱਕ ਮਹੀਨਾ ਲਗਾਤਾਰ ਕੰਪੇਨ ਚੱਲਦੀ ਰਹੀ ਅਤੇ ਹੁਣ ਅੱਜ ਜਿਹੜਾ ਲੋਕਾਂ ਵੱਲੋਂ ਤੁਹਾਡਾ ਸਵਾਗਤ ਕੀਤਾ ਜਾ ਰਿਹਾ ਉਸ ਨੂੰ ਤੁਸੀਂ ਇੱਕ ਮਹੀਨੇ ਕੋਈ ਥਕਾਵਟ ਨਹੀਂ ਕਿਉਂਕਿ ਲੋਕਾਂ ਦਾ ਬਹੁਤ ਵੱਡਾ ਜੋਸ਼ ਭਰਿਆ, ਪੋਜ਼ਿਟਿਵ ਹੁੰਗਾਰਾ, ਸਾਥ, ਸਪੋਰਟ ਐਂਡ ਅੱਜ ਗੁਰੂ ਦੀ ਕਿਰਪਾ ਇੱਕ ਮਹੀਨੇ ਦੀ ਜਿਹੜੀ ਮਿਹਨਤ ਹੈਗੀ ਆ ਲੋਕ ਪੂਰੇ ਜੋਸ਼ ਦੇ ਨਾਲ ਬੂਥਾਂ ਦੇ ਉੱਤੇ ਆ। ਜਿਹੜੀ ਮੈਂ ਕੱਲ੍ਹ ਗੱਲ ਦਾ ਖੁਲਾਸਾ ਕੀਤਾ ਸੀ ਬਾਦਲ ਅਤੇ ਕੈਪਟਨ ਕਾਂਗਰਸ ਦੇ ਕਰਦਿਆਂ ਦੋ ਸੀਟਾਂ 'ਤੇ ਸੰਧੀ ਹੋਈ ਹੈ, ਸੰਧੀ ਦਾ ਦਾਖਲਾ ਦੇ ਵਿੱਚ ਅਕਾਲੀ ਕਾਂਗਰਸ ਨੇ ਐਂਡ ਜਲਾਲਾਬਾਦ ਦੇ ਵਿੱਚ ਕਾਂਗਰਸ ਅਕਾਲੀ ਨੇ। ਅੱਜ ਉਹ ਗੱਲ ਅਕਾਲੀ ਦਲ ਦੇ ਕੈਂਡੀਡੇਟ ਮਨਪ੍ਰੀਤ ਤਿਆਲੀ ਦੀ ਸਹਿਮਤੀ ਨਾਲ ਮਨਪ੍ਰੀਤ ਤਿਆਲੀ ਅੱਜ ਕਿਸੇ ਮੁੱਦੇ ਨਹੀਂ ਆਇਆ, ਉਹ ਬਣਦਾ ਇਹ ਸੰਧੀ ਹੋਈ ਹੈ। ਪਰ ਜਿਹੜਾ ਅਕਾਲੀ ਦਲ ਦਾ ਵੋਟ ਬੈਂਕ ਆ ਨਾ ਵਧਾਰੇ ਨਹੀਂ ਆ, ਧੰਨਵਾਦ ਕਰਦਾ ਮੈਂ ਬੂਥਾਂ 'ਤੇ ਜਾ ਕੇ ਆਇਆ ਅਤੇ ਉਹਨਾਂ ਨੇ ਜਕਾਰੇ ਮਾਰ ਮਾਰ ਕੇ ਜਸ਼ੀਲੇ ਤਰੀਕੇ ਦੇ ਨਾਲ ਮੈਨੂੰ ਪਿਆਰ ਕੀਤਾ, ਸਵਾਗਤ ਕੀਤਾ, ਮੈਂ ਰਿਣੀ ਆ ਉਹਨਾਂ ਦਾ ਵੋਟਾਂ ਮਾਰੇ। ਸੋ 24 ਤਰੀਕ ਨੂੰ ਇਹਨਾਂ ਦਾ ਗੱਲੇ ਚੌੜ ਲਾ ਦਿੰਦੇ ਕਾਂਗਰਸ ਵਾਲੇ, ਕਿਤੇ ਕਹਿੰਦੇ ਵੀ ਸਾਡੀ ਸਰਕਾਰ ਆ ਅਸੀਂ ਗੁੰਡਾਗਰਦੀ ਨਾਲ ਬਾਏ ਬੁੱਕ ਐਂਡ ਬਰੋਕ। ਮੈਂ ECI ਤੋਂ ਅਬਜ਼ਰਵਰ ਸਾਹਿਬ ਨੂੰ ਕਿੰਨੀਆਂ ਕੰਪਲੇਂਟਾਂ ਕਰ ਚੁੱਕੀਆਂ ਵੀ ਇੱਥੇ ਗੁੰਡਾਗਰਦੀ, ਉੱਥੇ ਨਥਿੰਗ, ਕੁਛ ਨਹੀਂ ਹੋਵੇ। ਪਰ ਲੋਕ ਆਪਣਾ ਜਿਹੜਾ ਮਨ ਆ ਉਹ ਕਦੇ ਚੇਂਜ ਨਹੀਂ ਕਰ ਸਕੇ, ਸਮਾਂ ਹੋਰ ਪੱਕਾ ਹੋ ਜਾਂਦਾ ਜਦੋਂ ਸੱਤਾਧਾਰੀ ਪੱਖ ਗੁੰਡਾਗਰਦੀ ਦੇ ਉੱਤੇ। ਸੋ ਅੱਜ ਇਹਨਾਂ ਦੀ ਗੁੰਡਾਗਰਦੀ ਵੋਟਰ ਨੂੰ ਲੋਕ ਇਨਸਾਫ ਪਾਰਟੀ ਵੀ ਹੋਰ ਫਕੀਰਾ ਕਰ। ਮੈਂ ਸਰ ਅਸੀਂ ਅੱਜ ਕਾਫੀ ਪਿੰਡਾਂ ਦਾ ਦੌਰਾ ਕੀਤਾ ਹੈ, ਤੁਹਾਡੇ ਕੈਂਡੀਡੇਟ ਹੈਗੇ ਸੁਖਦੇਵ ਸਿੰਘ ਚੱਕ, ਉਹਨਾਂ ਦੇ ਨਾਲ ਅਸੀਂ ਕਾਫੀ ਪਿੰਡਾਂ 'ਚ ਗਏ ਹਾਂ। ਅਸੀਂ ਵੇਖਿਆ ਕਿ ਲੋਕਾਂ ਦੇ ਵਿੱਚ ਜਿਹੜਾ ਅਕਾਲੀ ਦਲ ਨੂੰ ਲੈ ਕੇ, ਕਾਂਗਰਸ ਨੂੰ ਲੈ ਕੇ ਜਿਹੜੀ ਪਹਿਲੀ ਲਹਿਰ ਚੱਲੀ ਸੀ ਉਹ ਲਹਿਰ ਕਿਸੇ ਵੀ ਜਗ੍ਹਾ ਜ਼ਿਆਦਾ ਦੇਖਣ ਨੂੰ ਨਹੀਂ ਸੀ। ਲਹਿਰ ਹੈ ਨਹੀਂ ਸੀ, ਤੁਹਾਨੂੰ ਲੱਗ ਰਿਹਾ ਕੋਈ ਲਹਿਰ ਨਹੀਂ ਸੀ ਇਹਨਾਂ ਦੀ, ਇੱਕ ਪ੍ਰਿੰਟ ਮੀਡੀਆ ਵਾਇਲੇਟ ਸੀਗਾ ਲੈਣ। ਹੁਣ ਮੈਂ ਇਹ ਗੱਲ ਕਹਾਂ ਵੀ ਪੈਸੇ ਲੈ ਰਹੇ ਜੀ, ਇਹ ਕਰ ਰਹੇ, ਸਭ ਨੂੰ ਪਤਾ ਜੀ ਪ੍ਰਿੰਟ ਮੀਡੀਆ ਨੇ ਖੁੱਲ੍ਹ ਕੇ ਦੋਨਾਂ ਦਾ ਸਾਥ ਦਿੱਤਾ। ਰੀਜ਼ਨ ਬਿਹਾਇੰਡ ਮੈਂ ਕਹਿ ਨਹੀਂ ਸਕਦਾ ਵੀ ਉਹਨਾਂ ਦੀਆਂ ਕੀ ਮਜ਼ਬੂਰੀਆਂ ਨੇ, ਸਾਨੂੰ ਉਹਨਾਂ ਨੇ ਆਊਟ ਕਰਤਾ ਪ੍ਰਿੰਟ ਮੀਡੀਆ ਨੂੰ, ਖਾਸ ਕਰਕੇ ਪੰਜਾਬੀ ਦੇ ਪ੍ਰਿੰਟ ਮੀਡੀਆ ਨੇ। ਸੋ ਬੜਾ ਅਫਸੋਸ ਹੋਇਆ ਉਹਨਾਂ ਨੇ, ਇੱਕ ਪ੍ਰੀ ਪਲੈਨ ਦੇ ਕਹਿ ਲਈਏ ਵੀ ਆਪਣੇ ਆਪ ਨੂੰ ਪ੍ਰੋਫਾਈਲ 'ਚ ਕਰਨ ਵਾਸਤੇ ਹੱਥਕੰਡਾ ਬਣਾਇਆ। ਪਰ ਤੁਸੀਂ ਅੱਜ ਦੇਖ ਲਿਆ ਰਹਿੰਦੀ ਹੁੰਦੀ ਕਸਰ ਤੁਹਾਨੂੰ 6 ਵਜੇ ਤੱਕ ਸਾਰੀ ਪਤਾ ਲੱਗ ਜਾਏਗੀ, ਪਿਕਚਰ ਕਲੀਅਰ ਹੋ ਜਾਏਗੀ। 24 ਤਰੀਕ ਨੂੰ ਦੁੱਧ ਦੁੱਧ ਅਤੇ ਪਾਣੀ ਦਾ ਪਾਣੀ ਦਾਖਲਾ ਹਲਕੇ ਦੇ ਵੋਟ ਕਰਦੇ। ਮੈਂ ਸਰ ਪੀਸਫੁਲੀ ਰੱਖੇ ਮੈਂ ਤੁਹਾਡੇ ਕੋਲ ਬਹੁਤ ਵੱਡੀ ਪੱਧਰ ਦੇ ਨਾਲ ਕਿਹਾ ਨਾ ਗੁੰਡਾਗਰਦੀ, ਤਾਂ MLA 100, 200, 300, 300 ਬੰਦਾ ਲੈ ਕੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਡਰਾ ਰਹੇ। ਪਰ ਪੰਜਾਬੀ ਡਰਦਾ ਨਹੀਂ, ਤੁਹਾਨੂੰ ਪਿਆਰ ਦੇ ਨਾਲ ਓਲਡ ਹੋ ਜਾਂਦਾ ਪੰਜਾਬੀ। ਤੁਸੀਂ ਉਹਨੂੰ ਕਹੋ ਵੀ ਗੁੰਡਾਗਰਦੀ ਨਾਲ ਸਨੱਪ ਕਰਕੇ ਦਬਾਅ ਪਾ ਕੇ ਪ੍ਰੈਸ਼ਰ ਕਰਕੇ ਕਦੇ ਨਹੀਂ ਗੁੰਡਾਗਰਦੀ ਕਰਦੇ, ਯਤਨ ਕਰ ਰਹੇ ਪਰ ਵੋਟਾਂ ਦੀ ਗੁੰਡਾਗਰਦੀ ਕਦੇ ਵੀ ਰੂਲ ਕਰਦਾ। ਨਾਕਾ ਹਲਕਾ ਬੜਾ ਜੁਝਾਰੂ ਲੋਕਾਂ ਦਾ, ਸੱਚਾਈ ਦੇ ਨਾਲ ਪਹਿਰਾ ਦੇਣ ਵਾਲੇ ਲੋਕਾਂ ਦਾ ਹਲਕਾ, ਬਹੁਤ ਵੱਡੀ ਪੱਧਰ ਦੇ ਉੱਤੇ ਸਾਥ ਅਤੇ ਸਪੋਰਟ ਵਾਸਤੇ ਧੰਨਵਾਦ। 24 ਤਰੀਕ ਨੂੰ ਗੋਬਿੰਦ ਸਾਹਿਬ ਪਾਰਟੀ ਦੇ ਪੱਖ ਦੇ ਵਿੱਚ ਇਤਿਹਾਸਕ ਫੈਸਲਾ ਹੋਵੇਗਾ। ਮੈਂ ਸਰ ਦੈਨਿਕ ਸਵੇਰਾ ਦੇ ਕੈਮਰੇ 'ਤੇ ਵੀ ਕਾਫੀ ਸਾਰੇ MLA ਜਿਹੜੇ ਆ ਉਹ ਰਿਕਾਰਡ ਹੋਏ ਆ, ਜੇ ਕੈਪਚਰ ਅਸੀਂ ਕੀਤੇ ਕਿ ਕਾਫੀ ਸਾਰੇ MLA ਜਿਹੜੇ ਆ ਉਹ ਵੱਖਰੇ ਵੱਖਰੇ ਬੂਥਾਂ 'ਤੇ ਜਾ ਰਹੇ ਲੋਕਾਂ ਦੇ ਵਿੱਚ। ਹਾਲਾਂਕਿ ਚੋਣ ਜ਼ਾਬਤੇ ਦਾ ਉਲੰਘਣ ਵੀ ਹੋ ਰਿਹਾ ਕਿ ਉਹ ਕਈ MLA ਨੂੰ ਨੋਟਿਸ ਵੀ ਹੋਇਆ ਇਸ ਨੂੰ। ਮੈਂ ਦੱਸਦਾ ਤੁਹਾਨੂੰ ਨੋਟਿਸ ਹੋਇਆ, ਤੁਹਾਡੇ ਇੱਕ ਰਿਪੋਰਟਰ ਦਾ ਮੈਂ ਆਡੀਓ ਸੁਣਿਆ DC ਲੁਧਿਆਣਾ ਦੇ ਨਾਲ, ਉਹ ਜਿੰਨਾ DC ਵਾਜਾ ਤੁਰਦਾ ਮੇਰੇ ਖਿਆਲ 6ਵੀਂ 7ਵੀਂ ਇਲੈਕਸ਼ਨ ਕਰਾ ਰਿਹਾ, ਜਦਕਿ ਕੋਈ ਜਿਹੜਾ ਡਿਪਟੀ ਕਮਿਸ਼ਨਰ ਆ ਉਹ ਦੂਸਰੀ ਇਲੈਕਸ਼ਨ ਨਹੀਂ ਕਰਾ ਰਿਹਾ, ਨਿਯਮ ਬੋਲਦੇ ਆ। ਅਫਸੋਸ ਹੈ, ਤੁਸੀਂ ਬੜਾ ਨਿਰਪੱਖ ਹੋ ਕੇ ਲੋਕਾਂ ਨੂੰ ਭੈ ਮੁਕਤ ਕਰਨ ਵਾਸਤੇ ਆਪਣੀ ਡਿਊਟੀ ਕਰ ਰਹੇ ਹੋ, ਤੁਹਾਡਾ ਧੰਨਵਾਦ ਹੈ। ਪਰ ਉਹ ਮੀਡੀਆ ਵੀ ਹੈਗਾ ਜਿਹੜਾ ਪਤਾ ਨਹੀਂ ਕਿਹੜੇ ਦਬਾਅ ਦੇ ਵਿੱਚ ਆ ਕੇ ਪਿਛਲੇ 1 ਮਹੀਨੇ ਤੋਂ ਇਹਨਾਂ ਦੇ ਗੁਣਗਾਰ ਹੈ। ਰਿਣੀ ਆ ਤੁਹਾਡਾ ਧੰਨਵਾਦੀ ਹੈ ਵੀ ਤੁਸੀਂ ਜਿਹੜਾ ਡੈਮੋਕ੍ਰੇਸੀ ਦਾ ਮਜ਼ਬੂਤ ਪਿੱਲਰ ਆ ਉਹਨੂੰ ਤੁਸੀਂ ਵੀਕ ਨਹੀਂ ਹੋ। ਮੈਂ ਸਰ ਬਾਹਰੀ ਜਿਹੜੇ ਕੈਂਡੀਡੇਟਸ ਬਾਹਰੀ ਜਿਹੜੇ ਲੋਕ ਆ ਰਹੇ ਉਹ ਆ ਕੇ ਇੱਥੇ ਕੰਮ ਕਰ ਰਹੇ ਆ, ਉਹਨਾਂ ਦੇ ਉੱਤੇ ਵੀ ਜਿਹੜੇ ਇਲੈਕਸ਼ਨ ਕਮਿਸ਼ਨ ਸੈਟ ਕਰ ਰਹੀ ਕਿ ਤੁਹਾਡੇ ਉੱਤੇ ਵੀ ਕਈ ਕੰਡੀਸ਼ਨ ਲੱਗੇਗੀ, ਤੁਸੀਂ ਵੀ ਬਾਹਰੋਂ ਆ ਕੇ ਇੱਥੇ ਆ ਕੇ ਪ੍ਰਚਾਰ। ਨੋ ਡਾਊਟ ਮੈਂ ਪ੍ਰਚਾਰ ਕੀਤਾ, ਪਰ ਜਦੋਂ ਮੈਂ ਹੁਣ DD ਰੋਡ ਹੈਗਾ ਆਪਣੇ ਆਫਿਸ ਆਇਆ, ਮੈਂ ਕਿਤੇ ਵੋਟਰ ਕੋਲ ਨਹੀਂ ਗਿਆ, ਮੈਂ ਕਿਸੇ ਨੂੰ ਥਰੈਟ ਨਹੀਂ ਕਰਨ ਗਿਆ, ਮੈਂ ਕਿਸੇ ਨੂੰ ਧਮਕਾਉਣ ਲਈ ਨਹੀਂ ਗਿਆ। ਮੈਂ ਸੜਕ ਤੋਂ ਲੰਘ ਰਿਹਾ ਕਿਤੇ ਰੁਕਾਂਗਾ ਫਿਰ ਮੈਂ ਵਾਇਲੇਸ਼ਨ ਕਰਾਂਗਾ ਨੋਰਮ ਦਾ।
ਮੈਂ ਕਿਤੇ ਨਹੀਂ ਰੁਕਿਆ, ਕਿਤੇ ਨਹੀਂ ਬੈਠਿਆ, ਮੈਂ ਤੁਰਿਆ ਜਾ ਰਿਹਾ। ਇਹ ਵਾਇਲੇਸ਼ਨ ਨਹੀਂ, ਇਹ ਉਹਨਾਂ ਦੀ ਚੁਬਨ ਹੈਗੀ ਆ ਜਿਹੜੇ ਉਹ ਇੱਦਾਂ ਦਾ ਐਲੀਗੇਸ਼ਨ। ਨਹੀਂ ਉਹ ਇਹ ਕਹਿ ਰਹੇ ਕਿ ਜਿਹੜੇ ਪਿੰਡਾਂ 'ਚ ਤੁਸੀਂ ਜਾ ਰਹੇ ਹੋ, ਪਿੰਡਾਂ 'ਚ ਤੁਸੀਂ ਨਹੀਂ ਜਾ ਸਕਦੇ ਅਗਰ ਇਲੈਕਸ਼ਨ ਕਮਿਸ਼ਨ ਵੱਲੋਂ, ਅਗਰ ਐਮਐਲਏਸ ਨੂੰ ਐਵਰੀ ਮੈਂ ਕਹਿ ਰਿਹਾ ਕਿ ਮੈਂ ਰੁਕਿਆ ਨਹੀਂ ਕਿਤੇ। ਪਿੰਡ 'ਚੋਂ ਲੰਘਣਾ ਥੋੜ੍ਹੀ ਪਾਬੰਦੀ ਹੈਗੀ, ਪਿੰਡ 'ਚੋਂ ਲੰਘਣ 'ਤੇ ਪਾਬੰਦੀ ਨਹੀਂ ਹੈ। ਮੈਂ ਕਿਤੇ ਬੈਠਣਾ ਜਾ ਕੇ, ਮੈਂ ਕਿਸੇ ਬੂਥ 'ਤੇ ਬੈਠਾ ਜਾਂ ਕਿਸੇ ਦੇ ਬੂਥ ਨੂੰ ਪ੍ਰਭਾਵਿਤ ਕਰਾਂ ਜਾ ਕੇ ਦਬਕਾ ਮਾਰਾਂ ਆਪਣੇ ਬੰਦਿਆਂ ਨਾਲ, ਦੈਨ ਮੈਂ ਗਲਤ ਹਾਂ। ਮੈਂ ਕਿਤੇ ਰੁਕਿਆ ਨਹੀਂ, ਮੈਂ ਦੱਸ ਰਿਹਾ ਕਿ ਮੈਂ ਆਪਣੇ ਸੜਕੋ ਸੜਕ ਤੁਰਿਆ ਜਾ ਰਿਹਾ, ਕਿਤੇ ਨਹੀਂ ਮੈਂ ਰੁਕਦਾ। ਮੈਂ ਨਿਯਮਾਂ ਦਾ ਪਾਲਣ ਕਰਨ ਵਾਲਾ ਇਨਸਾਨ ਹਾਂ, ਨਿਯਮਾਂ ਨੂੰ ਛਿੱਕੇ ਨਹੀਂ ਕਰਦਾ। ਮੈਂ ਸਾਹਿਬ ਮੇਰਾ ਆਖਰੀ ਸਵਾਲ, ਅੱਜ ਜਿਹੜਾ ਵੋਟਰ ਹੈ ਉਹ ਕਿਸ ਨੂੰ ਵੇਖ ਕੇ ਵੋਟ ਪਾ ਰਿਹਾ? ਕੀ ਇੱਕ ਚਿਹਰੇ ਨੂੰ ਵੇਖ ਕੇ ਵੋਟ ਪਾ ਰਿਹਾ, ਇੱਕ ਸਰਕਾਰ ਦੇ ਨੁਮਾਇੰਦੇ ਨੂੰ ਦੇਖ ਕੇ ਵੋਟ ਪਾ ਰਿਹਾ, ਇੱਕ ਪੈਸੇ ਨੂੰ ਦੇਖ? ਤੁਸੀਂ, ਮੈਂ ਦੱਸਦਾ ਤੁਹਾਨੂੰ, ਜੇ ਸਰਕਾਰ ਦੇ ਨੁਮਾਇੰਦਿਆਂ ਨੂੰ ਵੋਟ ਪੈਣੀ ਹੁੰਦੀ ਹੈ ਤਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਰੋਡ ਸ਼ੋਅ ਵੀ ਆਇਆ ਕਿ ਜਲੂਸ ਨਿਕਲਿਆ ਉਹਨਾਂ ਦਾ, ਪਤਾ ਲੱਗ ਗਿਆ ਸਰਕਾਰ ਦੀਆਂ ਕੋਈ ਪ੍ਰਾਪਤੀਆਂ ਹੋਣ ਤਾਂ ਵੋਟਰ ਪ੍ਰਭਾਵਿਤ ਹੁੰਦਾ। ਪੌਣੇ ਤਿੰਨ ਸਾਲ ਕੋਈ ਪ੍ਰਾਪਤੀ ਬਣ ਦੋ ਗਵਰਨਮੈਂਟ ਦੀ, ਜੋ ਬਾਦਲਾਂ ਦੀ ਲੁੱਟ ਸੀ ਉਹਦੇ ਨਾਲੋਂ ਵੱਡੀ ਵੱਧ ਤੋਂ ਬਦਤਰ ਹੋ ਗਈ। ਵੋਟਰ ਕਿਉਂ ਬਾਦਲਾਂ ਨੂੰ ਅਤੇ ਕਿਉਂ ਕਾਂਗਰਸ ਨੂੰ ਵੋਟ ਕਾਸਟ ਕਰੂਗਾ, ਪਹਿਲਾ ਸਵਾਲ। ਹੁਣ ਸਾਨੂੰ ਕਿਉਂ ਕਾਸਟ ਕਰੇ? ਅਸੀਂ ਪੰਜਾਬ ਦੇ ਅੰਦਰ ਲੋਕ ਇਨਸਾਫ ਪਾਰਟੀ ਨੇ ਸਿਰਫ ਮੀਡੀਆ ਦੇ ਵਿੱਚ ਸਟੇਟਮੈਂਟ ਨਹੀਂ, ਅਸੀਂ ਗਰਾਊਂਡ ਜ਼ੀਰੋ 'ਤੇ ਜ਼ਮੀਨੀ ਹਕੀਕਤ ਦੇ ਉੱਤੇ ਬੇਈਮਾਨਾਂ ਦਾ ਐਕਸਪੋਜ਼ਰ, ਕਰਪਸ਼ਨ ਦੇ ਖਿਲਾਫ ਸੰਘਰਸ਼ ਐਂਡ ਲੋਕਾਂ ਦੀ ਸੇਵਾ। ਅਸੀਂ ਆਪਣੀਆਂ ਪ੍ਰਾਪਤੀਆਂ ਜਿਹੜੀਆਂ ਗੁਰੂ ਨੇ ਕਿਰਪਾ ਕੀਤੀ ਹੈ, ਲੋਕਾਂ ਨੇ ਸਪੋਰਟ ਦਿੱਤੀ ਹੈ, ਅਸੀਂ ਉਹ ਬਣਾ ਕੇ ਜਾ ਰਹੇ ਹਾਂ, ਇਹ ਦੱਸ ਦੇਣ। ਸੋ ਇਸ ਕਰਕੇ ਵੋਟਰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰੇਗਾ। ਵੋਟਰ ਫੈਸਲਾ ਨਿਡਰਤਾ ਦੇ ਨਾਲ ਇਹਨਾਂ ਦੀ ਗੁੰਡਾਗਰਦੀ ਦੇ ਵਿਰੁੱਧ ਆਪਣਾ ਫੈਸਲਾ ਜਿਹੜਾ ਦੇ ਰਿਹਾ ਅਤੇ 24 ਤਰੀਕ ਨੂੰ ਤੁਹਾਡੇ ਸਾਹਮਣੇ। ਔਰ ਵੈਸੇ ਥੈਂਕ ਯੂ ਬ੍ਰਦਰ। ਬਿਲਕੁਲ, ਇਹ ਸੀਗੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ।